ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। आकाशवाणी 1320 मीटर बैंड से दोस्तों अगर तुहाडा कोई क्वेश्चन है 905-813-1320 905-813-1320 ये कठुआ बलात्कार विश्व भर के चर्चा का विषय बनिया सीगा। गुज्जर भाईचारा घट कम्यूनिटी घट गिनती दे विच आउंदा। खैर NCB पंजाब पुलिस से पई भारू, पता लगा कि 20 किलोग्राम फड़े गए। पूरे पंजाब दे विच DGP दी अगवाई हेठ बकायदा तौर ते 250 रेड किए गए ते एक दो पिस्तौल ते एक मेकशद गन फड़ी गई। गोंगलुआ तो मिट्टी चाड़ी, एक किलो हैरन फड़ी गई सी, एक किलो हैरन फड़ी गई सी सिर्फ। लेकिन जेड़े इलाके च तलाशी लेंदी रहे घर घर जाके, उस इलाके दे विच अगले दिन जाके NCP नैशनल क्राइम ब्यूरो जिहड़ी सी उहने रेड कीती ते 20 किलो हीरन फड़ी गई। तो 20 किलो ਇਹਦਾ ਕੀ ਕਹਾਂਗੇ ਵੀ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਮੌਜੂਦ ਨੇ। DGP ਨੇ ਆਪ ਚੈਕਿੰਗ ਕਰਨੀ ਨਹੀਂ ਜਾ ਕੇ, ਉਹਨੇ ਤੇ ਅਗਵਾਈ ਕਰਨੀ। ਇੱਥੇ ਇੱਕ ਮੈਂ ਡਿਬੇਟ ਸੁਣ ਰਿਹਾ ਸੀ, ਬੜੇ ਸੰਘ ਪੜ ਪੜ ਕੇ ਕਹਿ ਰਹੇ ਸੀਗੇ ਅਫਸਰ ਕਿਉਂ ਸੜਕਾਂ ਤੇ ਤੁਰੇ ਫਿਰਨ। ਭਾਈ ਗੱਲ ਤਾਂ ਅਫਸਰ ਨੇ ਕੰਮ ਸੜਕਾਂ ਤੇ ਰਹਿਣਾ, ਲੋਕਾਂ ਦੀਆਂ ਤਕਲੀਫਾਂ ਦੂਰ ਕਰਨਾ, ਏਸੀ ਕਮਰਿਆਂ ਤੇ ਏਸੀ ਗੱਡੀਆਂ ਚੜਨਾ ਨਹੀਂ। ਜਾਓ ਜਾ ਕੇ ਤਾਮਿਲਨਾਡੂ ਵੇਖੋ ਤੇ ਕੇਰਲਾ ਵੇਖੋ, ਉੱਥੇ ਦਫ਼ਤਰ ਨਹੀਂ ਲੋਕ ਪੈਂਦੇ। ਉੱਥੇ ਜਾ ਕੇ ਪਿੰਡ ਪਿੰਡ ਜਾ ਕੇ ਲੋਕਾਂ ਦੇ ਕੰਮ ਕਰਕੇ ਆਉਂਦੇ ਨੇ ਅਫਸਰ ਦੀ, ਦੱਸੋ ਕੀ ਕੰਮ ਹੈ ਜੀ, ਕਿਹੜਾ ਕੰਮ। ਇਸ ਕਰਕੇ ਸਾਡੇ ਜਿਹੜੇ ਪੋਲੀਟੀਸ਼ੀਅਨ ਉਹਨਾਂ ਦੇ ਦਿਮਾਗ ਹੀ ਖਰਾਬ ਹੋਣ ਲੱਗਦੇ। ਤੇ ਤੁਸੀਂ ਭਾਈ ਵਿਰੋਧ ਤਾਂ ਜ਼ਿਕਰੀ ਕਰੋ, ਲੇਕਿਨ ਕੀ ਮੁੱਦਾ ਤਾਂ ਚਾਹੀਦਾ ਲਓ। ਇਹ ਮੈਂ ਨਾ ਚੰਗੀ ਗੱਲ ਆ ਜੇ DGP ਜਾਂ ਅਫਸਰ ਸਰਕਾਰ ਤਾਂ ਇਹ ਆਉਣੇ ਚਾਹੀਦੇ ਆ। ਤੁਹਾਨੂੰ ਪਤਾ ਹੈ ਚਾਵਲਾ ਸਾਹਿਬ ਮੁੱਖ ਮੰਤਰੀ ਨੇ ਕੀ ਕਿਹਾ ਸੀਗਾ ਕਿ ਸਰਕਾਰ ਪਿੰਡਾਂ ਤੇ ਚੱਲੇਗੀ। 3 ਨੋਟਿਸ ਭੇਜ ਚੁੱਕੇ ਅਫਸਰਾਂ ਨੂੰ, ਦੱਸੋ ਜੀ ਕਿੱਥੇ ਕਿੱਥੇ ਜਾ ਕੇ ਆਏ ਤੁਸੀਂ। 3 ਨੋਟਿਸ, ਇਸੇ ਦਾ ਕੋਈ ਜਵਾਬ ਨਹੀਂ ਦਿੱਤਾ, ਕਿ ਤੁਸੀਂ ਜਾਂਦੇ ਹੀ ਨਹੀਂ ਹੋ। ਲੋਕ ਪੱਕੇ ਖੰਦੇ ਖਾਈ ਜਾਣ, ਸਰਕਾਰ ਦੀ ਕਮਜ਼ੋਰੀ ਹੈ। ਸਰਦਾਰ ਬਿਆਨ ਸਿੰਘ ਦੀ ਜਿਹੜੀ ਸਰਕਾਰ ਬਣੀ 1992 ਦੇ ਵਿੱਚ, ਉਹਨੇ ਕਿਹਾ ਸੀ ਵੀ ਹਰ DC ਡੇਲੀ ਕਿਸੇ ਪਿੰਡ ਜਾਏਗਾ, ਉੱਥੇ ਲੋਕਾਂ ਨੂੰ ਸੰਬੋਧਨ ਕਰੇਗਾ, ਪੰਜਾਬ ਦੀਆਂ ਪ੍ਰਾਪਤੀਆਂ ਦੱਸੇਗਾ, ਤੇ ਉਹਦੀ ਤਸਵੀਰ ਮੇਰੇ ਕੋਲ ਡੇਲੀ ਹੋਣੀ ਚਾਹੀਦੀ ਹੈ। ਤੇ DC ਜਾਂਦੇ ਸੀਗੇ, ਮਗਰ ਡੰਡਾ ਤਕੜਾ ਸੀਗਾ। ਇਸੇ ਕਰਕੇ ਸਰਕਾਰ ਦੀਆਂ ਕਮਜ਼ੋਰੀਆਂ ਕਰਕੇ ਇਹ ਗੱਲ, ਤਾਂ ਜਿਹੜੇ ਲੀਡਰ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਭਾਈ, ਬੇਲੋੜੀ ਆਲੋਚਨਾ ਨਾ ਕਰੋ। ਸਰ ਸ਼ੁਕਰ ਆ ਜੇ ਇਹ ਲੋਕ ਜਿਹੜੇ ਵਾਈਟ ਕਲਰ ਜੋਬ ਵਾਲੇ ਨੇ ਇਹ ਬਾਹਰ ਨਿਕਲਣਗੇ, ਬਾਹਰ ਕੱਢੋ ਇਹਨਾਂ। ਜਿਹੜਾ ਸਰਕਾਰ ਨੇ ਕਮਿਟਮੈਂਟ ਕੀਤੀ ਸੀ ਪੂਰੀ ਕਰੋ। ਹੁਣ ਸਵਾਲ ਇਹ ਪੈਦਾ ਹੁੰਦਾ ਵਾ, NCB ਆਈ ਚੰਡੀਗੜ੍ਹ, ਉਹਨਾਂ ਅੱਗੇ ਰੇਡ ਕੀਤਾ, ਇੱਕ ਸੰਦੀਪ ਸਿੰਘ ਨਾਂ ਦਾ ਇੱਕ ਵਿਅਕਤੀ ਨੂੰ ਫੜਿਆ ਤੇ ਉਹਦੇ ਕੋਲੋਂ 20 ਕਿਲੋ ਹੈਰਨ ਬਰਾਮਦ ਕੀਤੀ, ਫੀਮ ਬਰਾਮਦ ਕੀਤੀ, 5 ਲੱਖ ਰੁਪਏ ਬਰਾਮਦ ਕੀਤਾ। ਉਹ ਲੈ ਕੇ ਚੁੱਪ ਕਰਕੇ ਚੰਡੀਗੜ੍ਹ ਚਲੀ ਗਈ, ਅਦਾਲਤ ਪੇਸ਼ ਕੀਤਾ ਤੇ 5 ਦਿਨ ਦਾ ਰਿਮਾਂਡ ਲੈ ਲਿਆ। ਹੁਣ ਕਹਿੰਦਾ ਜੀ ਮੈਨੂੰ ਪਤਾ ਨੀ ਕੌਣ ਦੇ ਗਿਆ। ਗਾਹ ਇੱਕ ਸ਼ਰਾਬ ਦੇ ਠੇਕੇਦਾਰ ਨੂੰ ਦੇਣੀ ਸੀ, ਜਿਹਦੀ NCB ਭਾਲ ਕਰ ਰਹੀ ਹੁਣ ਬੰਦੇ ਦੀ, ਕਿਹੜਾ ਬੰਦਾ ਹੈਗਾ। ਗਾਹ ਉਹਦੀ ਜਾਣੀ ਕਿੱਥੇ ਜਾਣੀ ਸੀ, ਮੈਂ ਇਹਨਾਂ ਦਾ ਤੁਹਾਨੂੰ ਜੇ ਮੋਡਸ ਅਪਰੈਂਡੀ ਦੱਸ ਦਿੱਤੀ ਹੁੰਦਾ ਜਿਹਨੂੰ। ਮੋਡਸ ਅਪਰੈਂਡੀ ਇਹ ਹੁੰਦਾ ਜਦੋਂ ਇਹ ਚੱਲਦੇ ਨਾ, ਇਹਨਾਂ ਨੂੰ ਬੱਕਰੀਆਂ ਕਹਿੰਦੇ, ਬੱਕਰੀਆਂ। ਇੱਕ ਬੰਦਾ ਚੱਲਦਾ ਵਾ, ਉਹਨੂੰ ਸੂਚਨਾ ਦਿੰਦੀ ਜੀ ਫਲਾਣੀ ਗੱਡੀ ਜਾ ਰਹੀ, ਉਹਦੇ ਵਿੱਚ ਆਹ ਮਾਲ ਹੈਗਾ, ਤੂੰ ਫਲਾਣੀ ਜਗ੍ਹਾ ਲੈਣਾ। ਉਹ ਆਉਂਦਾ ਵਾ, ਇਹਨਾਂ ਦੀ ਮਾੜੀ ਮੋਟੀ ਸੁਣ ਮੁੱਖੀ ਉੱਥੇ ਹੁੰਦੇ ਆ, ਫਿਰ ਮਾਲ ਦੇ ਦਿੰਦਾ। ਇਸੇ ਤਰ੍ਹਾਂ ਅਗਲੀ ਪਾਰਟੀ ਹੁੰਦੀ, ਉਹਨੂੰ ਕਿਹਾ ਇੱਥੇ ਤੂੰ ਮਾਲ ਲੈਣਾ ਜੀ। ਉਹ ਇਹ ਲੈਂਦੇ ਨੇ ਬੱਕਰੀਆਂ ਕਹਿੰਦੇ, ਇਹਨਾਂ ਨੂੰ ਥੋੜੇ ਥੋੜੇ ਪੈਸੇ ਸਾਰੇ ਦਿਨ ਮਿਲਦੇ ਰਹਿੰਦੇ ਬੱਕਰੀਆਂ ਨੂੰ, ਇਹ ਆਪਣਾ ਕੰਮ ਕਰੀ ਜਾਂਦੇ। ਤੇ ਜਿਹੜਾ ਕਾਬੂ ਆ ਗਿਆ ਫਿਰ ਆ ਗਿਆ, ਉਹ ਫਸ ਗਿਆ ਫਸ ਗਿਆ, ਫਿਰ ਮੁੜ ਕੇ ਪਿਛੜਨਾ ਮੁੜ ਕੇ। ਇਸ ਤਰੀਕੇ ਦਾ ਮੋਡਸ ਅਪਰੈਂਡੀ ਇਹ ਕੰਮ ਕਰਦੇ ਨੇ। ਹੁਣ ਭਾਈ ਉਹ ਕਹਿੰਦਾ ਵੀਪੇ ਕੋਲ, ਕਹਿੰਦਾ ਮੈਨੂੰ ਨੀ ਪਤਾ ਕੌਣ ਦੇ ਗਿਆ ਮੈਨੂੰ, ਲੇਕਿਨ ਗਾਹ ਮਨੁੱਖ ਨੂੰ ਫਲਾੜੇ ਹੁੰਦੇ ਨੇ। ਚਲੋ ਦੋ ਤਿੰਨ ਵੱਡੇ ਕੁਐਸਚਨ ਨੇ, ਇਹ ਸਵਾਲ ਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।